ਬੀਤੇ ਦਿਨੀ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਸਥਾਨਕ ਸਿਨੇਮਾ ਰੋਡ ਤੋਂ ਲਾਪਤਾ ਹੋਏ ਬੱਚੇ ਨੂੰ ਅੱਧੇ ਘੰਟੇ ਵਿੱਚ ਹੀ ਲੱਭ ਕੇ ਮਾਪਿਆਂ ਦੇ ਹਵਾਲੇ ਕਰਕੇ ਆਪਣੀ ਸੂਝਬੂਝ ਅਤੇ ਮਿਹਨਤ ਦਾ ਸਬੂਤ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਕਾਰਨ ਅੱਜ ਕੱਲ੍ਹ ਚੱਲ ਰਹੀ ਆਨਲਾਈਨ ਸਟੱਡੀ ਤੋਂ ਘਬਰਾਉਂਦਿਆਂ ਹੋਇਆਂ ਇੱਕ ਬੱਚਾ ਸ਼ਾਮ ਨੂੰ ਸਾਈਕਲ ਲੈ ਕੇ ਕਿਤੇ ਚਲਾ ਗਿਆ, ਜਿਸ ਨੂੰ ਕਾਫੀ ਸਮਾਂ ਲੱਭਣ ਤੋਂ ਬਾਅਦ ਉਕਤ ਲੜਕੇ ਦੇ ਪਿਤਾ ਵੱਲੋਂ ਇਸ ਦੀ ਰਿਪੋਰਟ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਗਈ, ਜਿਸ ਉੱਪਰ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਟੀ ਇੰਚਾਰਜ ਦਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਰੀਬ ਅੱਧੇ ਘੰਟੇ ਵਿੱਚ ਹੀ ਗੁਆਚੇ ਬੱਚੇ ਨੂੰ ਸ਼ਹੀਦ ਊਧਮ ਸਿੰਘ ਚੌਂਕ ਕਪੂਰਥਲਾ ਰੋਡ ਤੋਂ ਬਰਾਮਦ ਕਰ ਲਿਆ ਗਿਆ। ਮੇਰਾ ਨਾਮ ਅਮਨ ਕੁਮਾਰ ਹੈ। ਮੈਂ ਗਲਤੀ ਦੇ ਨਾਲ ਘਰੋਂ ਦੀ ਚਲ ਗਿਆ ਸੀ। ਮੈਂ ਮੇਰੇ ਸਕੂਲ ਦੇ ਕੰਮ ਕਰਕੇ ਮੈਂ ਚੱਲ ਗਿਆ ਸੀ, ਕਿਉਂਕਿ ਮੈਨੂੰ ਸਕੂਲ ਦਾ ਕੰਮ ਜ਼ਿਆਦਾ ਲੱਗਦਾ ਸੀ ਅਤੇ ਮੈਂ ਘਰ ਸਕੂਲ ਦਾ ਕੰਮ ਕਰਦਾ ਨਹੀਂ ਸੀ ਅਤੇ ਫੋਨ ਟੀ ਵੀ ਜ਼ਿਆਦਾ ਦੇਖਦਾ ਸੀ, ਇਸ ਲਈ ਮੈਂ ਘਰੋਂ ਦੀ ਚਲ ਗਿਆ ਸੀ ਸ਼ਾਮੀ। ਅਤੇ ਫਿਰ ਮੈਂ ਹੁਣ ਮੰਮੀ ਪਾਪਾ ਜੀ ਕੋਲ ਆ ਕੇ ਬਹੁਤ ਖੁਸ਼ ਹੈਗਾ। ਪੜ੍ਹਾਈ ਦੀ ਟੈਨਸ਼ਨ ਲੱਗਦੀ ਹੈ ਤੁਹਾਨੂੰ ਕਿਸੇ ਗੱਲ ਲੈ ਕੇ? ਹਾਂਜੀ। ਫਿਰ ਕੀ ਮਾਮਲਾ? ਅੱਜ ਥਾਣਾ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਜਤਿੰਦਰ ਸਿੰਘ ਨਾਮ ਦਾ ਆਦਮੀ, ਜੋ ਕਿ ਬਿਹਾਰ ਤੋਂ ਆ ਕੇ ਇੱਥੇ ਸੁਲਤਾਨਪੁਰ ਵਿੱਚ ਰਹਿ ਰਿਹਾ, ਉਹਨੇ ਆ ਕੇ ਇਤਲਾਹ ਦਿੱਤੀ ਕਿ ਕੱਲ੍ਹ 2-9 ਤੋਂ ਮੇਰਾ ਲੜਕਾ ਗੋਮੇ ਘਰੋਂ ਸਾਈਕਲ 'ਤੇ ਗਿਆ ਸੀ ਪਰ ਅਜੇ ਤੱਕ ਵਾਪਸ ਨਹੀਂ ਆਇਆ। ਮੈਂ ਆਪਣੇ ਮੁੱਖ ਅਫਸਰ ਸਾਹਿਬ ਦੇ ਧਿਆਨ 'ਚ ਲਿਆ ਕੇ ਅਤੇ ਆਪਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਘਰੇ ਜਾ ਕੇ ਪੁੱਛਗਿੱਛ ਕਰਕੇ ਖੁਫੀਆ ਸੋਰਸਾਂ ਦੇ ਰਾਹੀਂ ਅਸੀਂ ਬੱਚੇ ਨੂੰ ਕੋਈ ਕਰੀਬ ਅੱਧੇ ਪੌਣੇ ਘੰਟੇ ਦੇ ਵਿੱਚ ਲੱਭ ਕੇ ਲਿਆ ਕੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ। ਕਾਰਨ ਕੀ ਸੀ ਸਰ ਬੱਚੇ ਘਰੋਂ ਜਾਣਾ? ਕਾਰਨ ਇਹ ਕਿ ਅੱਜ ਕੱਲ੍ਹ ਦੇ ਹਾਲਾਤਾਂ ਮੁਤਾਬਕ ਜਿਹੜੇ ਸਕੂਲ ਔਨਲਾਈਨ ਕਲਾਸਾਂ ਲੱਗਦੀਆਂ ਉਹ ਇਹ ਬੱਚਾ ਘੱਟ ਲਾਉਂਦਾ ਸੀ, ਟੀ ਵੀ ਜ਼ਿਆਦਾ ਦੇਖਦਾ ਸੀ ਅਤੇ ਮਾਂ ਬਾਪ ਥੋੜ੍ਹਾ ਜਿਹਾ ਘੂਰਦੇ ਸੀ ਅਤੇ ਉਸ ਗੱਲੋਂ ਹੀ ਡਰਦਾ ਗੁੱਸਾ ਕਰਕੇ ਘਰੋਂ ਚਲਾ ਗਿਆ। ਇਹ ਕਿੱਥੋਂ ਹੋਇਆ ਬੱਚਾ ਬਰਾਮਦ? ਬੱਚਾ ਬਰਾਮਦ ਹੋਇਆ ਜੀ ਕਪੂਰਥਲਾ ਰੋਡ ਤੋਂ ਨੇੜੇ ਊਧਮ ਸਿੰਘ ਚੌਂਕ। ਮੇਰਾ ਨਾਮ ਜਤਿੰਦਰ ਸਿੰਘ ਆ ਅਤੇ ਮੇਰੇ ਬੱਚੇ ਦਾ ਨਾਮ ਪਵਨ ਕੁਮਾਰ, ਜਿਹੜਾ ਕਿ ਕੱਲ੍ਹ 7:30 ਵਜੇ ਤੋਂ ਬਾਅਦ ਸਾਈਕਲ ਲੈ ਕੇ ਗਿਆ, ਵਾਪਸ ਨਹੀਂ ਆਇਆ ਅਤੇ ਅਸੀਂ ਕਾਫੀ ਲੱਭਿਆ ਇੱਧਰ ਉੱਧਰ, ਕਾਫੀ ਜਗ੍ਹਾਵਾਂ 'ਤੇ ਦੇਖਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤਾ ਅਤੇ ਕਿਤੇ ਗੱਲ ਨਹੀਂ ਬਣੀ, ਸਾਰੇ ਕਹਿੰਦੇ ਵੀ ਇੱਥੇ ਸਾਡੇ ਕੋਲ ਨਹੀਂ ਆਇਆ ਅਤੇ ਅਸੀਂ ਫਿਰ ਹੱਕ ਹਾਰ ਕੇ ਥਾਣੇ ਆਏ ਅੱਜ 6 ਵਜੇ 5 ਵਜੇ ਅਤੇ ਅਸੀਂ ਦਰਖਾਸਤ ਦਿੱਤੀ ਅਤੇ ਫਿਰ ਪੁਲਿਸ ਸਾਹਿਬਾਨ ਨੇ ਸਾਡੀ ਮਦਦ ਕੀਤੀ ਅਤੇ ਇਹਨਾਂ ਨੇ ਫਿਰ ਸਾਡੀ ਹੈਲਪ ਕੀਤੀ ਅਤੇ ਇਹਨਾਂ ਨੇ ਉੱਥੇ ਜਾ ਕੇ ਪੁੱਛਗਿੱਛ ਕੀਤੀ ਅਤੇ ਉੱਥੋਂ ਫਿਰ ਕੁਛ ਗੱਲਾਂ ਪਤਾ ਲੱਗੀਆਂ ਅਤੇ ਉਹਦੇ ਨਾਲ ਸਾਡਾ ਬੱਚਾ ਲੱਭ ਗਿਆ ਅੱਜ। ਅਸੀਂ ਪੁਲਿਸ ਵਾਲਿਆਂ ਕਿਸੇ ਬੱਚੇ ਘਰੋਂ ਜਾਣ ਦਾ ਇਹ ਅਸੀਂ ਔਨਲਾਈਨ ਪੜ੍ਹਾਈ ਹੁੰਦੀ ਸੀਗੀ ਅਤੇ ਅਸੀਂ ਇਹਨੂੰ ਸਵੇਰੇ ਜਦੋਂ ਅਸੀਂ ਕੰਮ 'ਤੇ ਜਾਣਾ ਤਾਂ ਇਹਨੂੰ ਫੋਨ ਦੇ ਜਾਣਾ ਅਤੇ ਅਸੀਂ ਇਹਨੂੰ ਇਹ ਕਹਿਣਾ ਵੀ ਤੇਰਾ ਕੰਮ ਆਇਆ ਵਾ, 2 ਪੇਜਾਂ ਦਾ 3 ਪੇਜਾਂ ਦਾ ਕੰਮ ਹੁੰਦਾ ਸੀ ਅਤੇ ਜਿਹੜਾ ਛੋਟਾ ਮੁੰਡਾ ਸੀ ਉਹ ਖਤਮ ਕਰ ਦਿੰਦਾ ਸੀ ਅਤੇ ਇਹ ਫੋਨ ਬੰਦ ਕਰਕੇ ਕਾਪੀ ਬੰਦ ਕਰਕੇ ਟੀ ਵੀ ਦੇਖਦਾ ਰਹਿੰਦਾ। ਪੁਲਿਸ ਦੀ ਕਾਰਵਾਈ ਤੋਂ? ਹਾਂਜੀ ਪੁਲਿਸ ਦੀ ਕਾਰਵਾਈ। ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਅਸੀਂ ਪੁਲਿਸ ਦੀ ਕਾਰਵਾਈ ਤੋਂ ਵੀ, ਸਾਡੀ ਹੈਲਪ ਕੀਤੀ ਆ ਅਤੇ ਅਸੀਂ ਧੰਨਵਾਦੀ ਹਾਂ ਇਹਨਾਂ। ਬੱਚਾ ਗੁੰਮ ਕਰ ਕਿੰਨੇ ਵਜੇ? ਕੱਲ੍ਹ 7:30 ਵਜੇ ਦਾ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਕਪੂਰਥਲਾ ਤੋਂ ਸਿਮਰਨਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।